ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। 21 ਦਿਨਾਂ ਦੇ ਲਈ ਦੇਸ਼ ਪੂਰਾ ਲੋਕਡਾਊਨ ਹੋ ਗਿਆ ਜੀ। ਸੋ ਪਹਿਲਾਂ ਤਾਂ ਲੋਕਾਂ ਦਾ 1-2 ਦਿਨ ਲੰਘਾਉਣੇ ਹੀ ਬੜੇ ਔਖੇ ਹੋ ਗਏ ਸੀਗੇ, ਅਤੇ ਹੁਣ 21 ਦਿਨ ਆਪਾਂ ਘਰ ਤੋਂ ਬਾਹਰ ਨਹੀਂ ਜਾ ਸਕਦੇ ਹੈਗੇ। ਸੋ ਆਪਣੀ ਭਲਾਈ ਦੇ ਲਈ ਇਹ ਸਾਰਾ ਕੁਛ ਹੋਇਆ। ਸੋ ਸਮੱਸਿਆ ਸਿਰਫ ਇੰਨੀ ਕੁ ਹੈ ਵੀ ਜਿਨ੍ਹਾਂ ਦਾ ਤਾਂ ਘਰੇ ਸਰਦਾ ਵਾ ਉਹਨਾਂ ਲਈ ਤਾਂ ਠੀਕ ਆ, ਜਿਨ੍ਹਾਂ ਦਾ ਰੋਟੀ ਪਾਣੀ ਦਾ ਔਖਾ ਹੋ ਗਿਆ, ਦਿਹਾੜੀਦਾਰ ਬੰਦੇ ਸੀਗੇ ਜਿਹੜੇ ਸਵੇਰੇ ਕਮਾਉਂਦੇ ਸੀਗੇ ਅਤੇ ਸ਼ਾਮ ਨੂੰ ਰੋਟੀ ਖਾਣੀ ਹੁੰਦੀ ਸੀ, ਉਹ ਬੰਦਿਆਂ ਲਈ ਥੋੜ੍ਹੀ ਜਿਹੀ ਪ੍ਰੋਬਲਮ ਇਹਨਾਂ ਦਾ ਵੱਧ ਗਈ ਹੈ ਇਹ। ਕਿਉਂਕਿ ਆਪਣੇ ਕਹਿਰ ਸਿਰਫ ਇੱਕ ਇਕੱਲਾ ਕਰੋਨਾ ਦਾ ਨਹੀਂ ਆਇਆ ਹੈਗਾ, ਭੁੱਖ ਦਾ ਵੀ, ਭੁੱਖ ਦੀ ਸਮੱਸਿਆ ਵੀ ਵੱਧ ਜਾਣੀ ਹੈ ਮੈਨੂੰ ਲੱਗਦਾ ਡੇ ਬਾਏ ਡੇ ਜਿਵੇਂ ਜਿਵੇਂ ਚੀਜ਼ਾਂ ਵਧੀ ਜਾਂਦੀਆਂ। ਕਿਉਂਕਿ ਹਾਲੇ ਤਾਂ ਸ਼ੁਰੂਆਤ ਆ, ਜੇ ਹੁਣ 21 ਦਿਨ ਆਪਾਂ ਘਰਾਂ 'ਚ ਬੈਠਾਂਗੇ ਤਾਂ ਉਹ ਸਮੱਸਿਆ ਡੈਫੀਨੇਟਲੀ ਕਾਫੀ ਹੱਦ ਤੱਕ ਲੋਕਾਂ ਦੀ ਵੱਧ ਜੂਗੀ। ਸੋ ਪੰਜਾਬ ਪੁਲਿਸ ਮੈਂ ਦੇਖਿਆ ਬਹੁਤ ਜਗ੍ਹਾ ਦੇ ਉੱਤੇ ਜਾ ਕੇ ਰੋਟੀ ਪ੍ਰੋਵਾਈਡ ਕਰ ਰਹੀ ਆ, ਸਬਜ਼ੀਆਂ ਭਾਜੀਆਂ ਦੇ ਰਹੀ ਆ, ਜੋ ਜਿੰਨਾ ਕੁ ਹੋ ਸਕਦਾ ਮੈਨੂੰ ਲੱਗਦਾ ਉਹ ਕਰ ਰਹੇ ਨੇ। ਹੋਰ ਵੀ ਕਈ NGO ਵਧੀਆ ਕੰਮ ਕਰ ਰਹੇ ਨੇ ਜਿਹੜੇ ਚੀਜ਼ਾਂ ਪ੍ਰੋਵਾਈਡ ਕਰ ਰਹੇ ਆ। ਮੈਂ ਖਾਲਸਾ ਐਡ ਦਾ ਦੇਖਿਆ ਸੀਗਾ, ਉਹ ਵੀ ਕਿੱਟਾਂ ਲੈ ਕੇ ਜਾ ਰਹੇ ਨੇ, ਸੈਨੇਟਾਈਜ਼ਰ ਪ੍ਰੋਵਾਈਡ ਕਰ ਰਹੇ ਨੇ, ਰੋਟੀ ਪਾਣੀ ਪ੍ਰੋਵਾਈਡ ਕਰ ਰਹੇ ਨੇ, ਬਟ ਫਿਰ ਵੀ ਇਹ ਸਮੱਸਿਆ ਵੱਡੀ ਹੈ। ਸੋ ਮੈਨੂੰ ਪਤਾ ਨਹੀਂ ਵੀ ਇਹਦਾ ਐਗਜੈਕਟ ਹੱਲ ਕੀ ਹੈ, ਕਿਉਂਕਿ ਹੁਣ ਪ੍ਰੋਬਲਮ ਇੱਕ ਇਹ ਵੀ ਆ ਵੀ ਜੇ ਕੋਈ ਬੰਦਾ ਹੈਲਪ ਕਰਨੀ ਚਾਹੁੰਦਾ ਵੀ ਆ ਉਹ ਵੀ ਨਹੀਂ ਬਾਹਰ ਜਾ ਸਕਦਾ ਕਿਉਂਕਿ ਲੋਕਡਾਊਨ ਆ ਪ੍ਰੋਪਰਲੀ। ਸੋ ਅਸਲੀ ਜਿਹੜਾ ਦਾ ਵੇ ਆਊਟ ਆ ਉਹ ਸਰਕਾਰ ਨੂੰ ਹੀ ਕੱਢਣਾ ਪੈਣਾ। ਸਰਕਾਰ ਦੇ ਹੀ ਬੰਦੇ, ਉਹਨਾਂ ਦੇ ਨੁਮਾਇੰਦੇ ਜਾ ਸਕਦੇ ਨੇ, ਘਰ ਘਰ ਜਾ ਕੇ ਚੀਜ਼ਾਂ ਪਹੁੰਚਾ ਸਕਦੇ ਆ ਜਿਵੇਂ ਪੰਜਾਬ ਪੁਲਿਸ ਆ। ਸੋ ਮੈਨੂੰ ਪਤਾ ਨਹੀਂ ਕਿਉਂਕਿ ਕਈ ਬੰਦਿਆਂ ਨੇ ਕਿਹੜਾ ਸ਼ਾਇਦ ਇਸ ਚੀਜ਼ ਦੇ ਵਿੱਚ ਬੜਾ ਘਪਲਾ ਹੈ, ਜਿਹੜੀ ਗੱਲ ਮੈਂ ਕਹਿਣ ਲੱਗਿਆ ਵਾਂ ਵੀ ਇਹ ਰਾਈਟ ਚੀਜ਼ ਨਹੀਂ ਗੀ। ਸੋ ਮੈਨੂੰ ਫਿਰ ਵੀ ਐਂ ਲੱਗਦਾ ਵੀ ਇੱਕ ਅਕਾਊਂਟ ਨੰਬਰ ਸਰਕਾਰ ਨੂੰ ਬਣਾ ਦੇਣਾ ਚਾਹੀਦਾ, ਜਿਹੜੇ ਬੰਦੇ ਹੈਲਪ ਕਰਨੀ ਚਾਹੁੰਦੇ ਨੇ ਮਾੜੀ ਮੋਟੀ, ਕਿਸੇ ਨੇ 20 ਰੁਪਏ ਦੇਣੇ, 50 ਰੁਪਏ ਦੇਣੇ, 100 ਰੁਪਇਆ ਦੇਣਾ, ਜਿੰਨਾ ਕੋਈ ਉਹਦੇ ਕੋਲ ਹੋ ਸਕਦਾ ਉਹਨੇ ਕੁ ਪੈਸੇ ਉਹ ਦੇ ਸਕੇ। ਕੋਈ ਕਹੇ ਮੈਂ 1000 ਦੇਣਾ, 50,000 ਦੇਣਾ, ਉਹਦੀ ਇੱਛਾ ਵਾ। ਸੋ 50% ਬੰਦੇ ਤਾਂ ਆਪਣੇ ਦੇਸ਼ ਦੇ ਵੈਸੇ ਹੀ ਮੈਨੂੰ ਲੱਗਦਾ ਕਿ ਅਫੋਰਡ ਨਹੀਂ ਕਰਦੇ ਇਹ ਚੀਜ਼ਾਂ। ਸੋ ਬਾਕੀ ਜਿਹੜੇ ਰਹਿ ਜਾਂਦੇ ਨੇ ਉਹਨਾਂ 'ਚੋਂ ਵੀ ਜੇ 5-7% ਬੰਦੇ ਥੋੜ੍ਹੇ ਥੋੜ੍ਹੇ ਕਰਕੇ ਪੈਸੇ ਦੇਣ, ਕੋਈ 50-100 ਰੁਪਏ ਵਾਲੇ ਦੇਣੇ ਹੋਣ, 10-20 ਰੁਪਏ, 2 ਰੁਪਏ, 1 ਰੁਪਇਆ ਦੇਣ ਵਾਲੇ ਹੋਣ, ਪੈਸੇ 1 ਕਰੋੜ ਰੁਪਏ 'ਚ ਇਕੱਠੇ ਹੋ ਸਕਦੇ ਨੇ। ਮੈਨੂੰ ਲੱਗਦਾ ਕਿ ਕਿਸੇ ਪੜ੍ਹੇ ਲਿਖੇ ਪੰਜਾਬ ਪੁਲਿਸ ਦੇ ਅਫਸਰ ਦੀ ਡਿਊਟੀ ਲਾਈ ਜਾਵੇ ਪ੍ਰੋਪਰ, ਜਿਹੜਾ ਬੰਦਾ ਇਸ ਚੀਜ਼ ਨੂੰ ਪ੍ਰੋਪਰ ਤਰੀਕੇ ਨਾਲ ਮੈਨੇਜ ਕਰ ਸਕੇ, ਉਸ ਅਕਾਊਂਟ ਨੂੰ ਮੈਨੇਜ ਕਰ ਸਕੇ, ਜਿਹੜੇ ਅਕਾਊਂਟ ਨੂੰ ਲੋਕ ਵੀ ਦੇਖ ਸਕਦੇ ਹੋਣ ਪ੍ਰੋਪਰ। ਕਈ ਲੋਕ ਸੋਸ਼ਲ ਮੀਡੀਆ 'ਤੇ, ਯੰਗ ਮੁੰਡੇ ਮੈਂ ਦੇਖਦਾ ਵੀ ਬਾਹਰੋਂ ਕਈ ਵਾਰੀ ਕਿਸੇ ਦੀ ਸਮੱਸਿਆ ਆਉਂਦੀ ਆ ਉਹਦੇ ਲਈ ਪੈਸੇ ਰੇਜ਼ ਕਰਦੇ ਨੇ, ਫੰਡ ਕਰਦੇ ਨੇ, ਪ੍ਰੋਪਰ ਪਤਾ ਲੱਗਦਾ ਕਿ ਕਿੰਨੇ ਪੈਸੇ ਆਏ ਨੇ, ਕਿੱਥੇ ਯੂਟੀਲਾਈਜ਼ ਹੋ ਰਹੇ ਨੇ, ਕਿੱਥੇ ਕਿੱਥੇ ਉਹਨਾਂ ਦਾ ਸਮਾਨ ਜਾ ਰਿਹਾ ਵਾ। ਕਿਉਂ 1 ਕਰੋੜ ਰੁਪਏ ਇਕੱਠਾ ਹੋ ਸਕਦਾ, ਔਰ ਇਹ ਸਮੱਸਿਆ ਇੱਕ ਮੈਨੂੰ ਲੱਗਦਾ ਕਿ ਜਿੰਨਾ ਕੁ ਮੈਨੂੰ ਸਮਝ ਆ ਥੋੜ੍ਹੇ ਮੋਟੇ ਤਰੀਕੇ ਨਾਲ ਇਹ ਹੱਲ ਹੋ ਸਕਦੀ ਆ। ਮੰਨ ਵੀ ਲਈਏ ਇਹਦੇ 'ਚ ਥੋੜ੍ਹਾ ਬਹੁਤਾ ਖੱਬੇ ਸੱਜੇ ਵੀ ਹੋ ਜਾਵੇ, ਪਰ ਫਿਰ ਵੀ ਕੁਛ ਨਾ ਕੁਛ ਪੈਸਾ ਤਾਂ ਰਾਈਟ ਲੋਕਾਂ ਦੇ ਹੱਥਾਂ ਤੱਕ ਪਹੁੰਚੂਗਾ, ਲੋਕਾਂ ਨੂੰ ਚੀਜ਼ ਮਿਲੂਗੀ। ਸੋ ਮੇਰੀ ਰਿਕੁਐਸਟ ਆ ਕੁਛ ਇੱਦਾਂ ਦਾ ਵਧੀਆ ਵੇ ਆਊਟ, ਇਹ ਤਾਂ ਮੈਂ ਇੱਕ ਵੈਸੇ ਚੀਜ਼ ਸਿੱਟੀ ਹੈ, ਬਾਕੀ ਜਦੋਂ ਸਹੀ ਸਿਆਣੇ ਬੰਦੇ ਇਸ ਚੀਜ਼ ਦੇ ਉੱਤੇ ਲੱਗਣਗੇ ਤਾਂ ਉਹ ਵਧੀਆ ਚੀਜ਼ ਇਸ ਨੂੰ ਕਰ ਸਕਦੇ ਆ। ਔਰ ਇੱਕ ਮੇਰੀ ਹੋਰ ਛੋਟੀ ਜਿਹੀ ਬੇਨਤੀ ਆ ਵੀ ਜਿਵੇਂ ਮੈਂ ਦੇਖਿਆ ਕਿ ਕਈ ਬਾਹਰਲੇ ਕੰਟਰੀਆਂ ਦੇ ਵਿੱਚ ਉਹਨਾਂ ਨੇ ਕਰ ਦਿੱਤਾ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਜਾਂ ਜਿਹੜੀਆਂ ਪ੍ਰਾਈਵੇਟ ਇੰਡਸਟਰੀਆਂ ਨੇ ਕੁਛ ਵੀ ਆ, ਉਹਨਾਂ ਨੂੰ ਇੱਕ ਪੱਕਾ ਲਾਅ ਦੇ ਅੰਡਰ ਲਾਗੂ ਕਰ ਦਿੱਤਾ ਕਿ ਤੁਸੀਂ, ਤੁਹਾਨੂੰ 9 ਦਿਨਾਂ ਦੇ ਲਈ ਇਹ ਚੀਜ਼ਾਂ ਸ਼ਟਡਾਊਨ ਕਰਨੀਆਂ ਪੈਣੀਆਂ ਅਤੇ ਤੁਹਾਨੂੰ ਤਨਖਾਹਾਂ ਵੀ ਦੇਣੀਆਂ ਪੈਣੀਆਂ ਨੇ ਆਪਣੇ ਬੰਦਿਆਂ ਦੀਆਂ। ਸੋ ਉਹ ਇੱਕ ਸਰਕਾਰ ਜ਼ਰੂਰ ਕਰੇ, ਕਿਉਂਕਿ ਕਾਫੀ ਬੰਦਿਆਂ ਨੇ ਪਿੱਛੇ ਮੈਨੂੰ ਲਾਈਵ ਦੇ ਵਿੱਚ ਇਹ ਗੱਲ ਕਹੀ ਸੀ ਵੀ ਲੋਕ ਜਿਹੜੀਆਂ ਪ੍ਰਾਈਵੇਟ ਜੋਬਾਂ ਵਾਲੇ ਬੰਦੇ ਨੇ ਉਹਨਾਂ ਦੀਆਂ, ਉਹਨਾਂ ਨੂੰ ਛੁੱਟੀਆਂ ਨਹੀਂ ਹੋ ਰਹੀਆਂ, ਉਹ ਪ੍ਰੋਪਰ ਕੰਮ ਉਵੇਂ ਹੀ ਕਰ ਰਹੇ ਨੇ, ਉਹਨਾਂ ਨੂੰ ਜਾਣਾ ਪੈ ਰਿਹਾ ਵਾ। ਸੋ ਬੰਦਾ ਜੋਬ ਛੱਡ ਵੀ ਨਹੀਂ ਸਕਦਾ ਹੈਗਾ, ਮੈਂ ਅੰਡਰਸਟੈਂਡ ਕਰਦਾ ਇਹ ਗੱਲ, ਬਟ ਉਹਨਾਂ ਨੂੰ ਇਹ ਹਦਾਇਤ ਕਾਨੂੰਨ ਵਾਲੀਓ ਦਿੱਤੀ ਜਾਵੇ, ਸਰਕਾਰ ਵਾਲੀ ਦਿੱਤੀ ਜਾਵੇ ਵੀ ਤੁਹਾਨੂੰ ਇਹ ਬੰਦ ਕਰਨਾ ਪੈਣਾ ਅਤੇ ਤਨਖਾਹਾਂ ਦੇਣੀਆਂ ਪੈਣੀਆਂ ਨੇ। ਸੋ ਇਹੀ ਆ, ਔਰ ਮੈਨੂੰ ਲੱਗਦਾ ਕਿ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੀ ਆ ਵੀ ਇਹ ਥੋੜ੍ਹਾ ਸਮਾਂ ਬਾਹਲਾ ਹੀ ਖਰਾਬ ਹੁੰਦਾ ਜਾ ਰਿਹਾ, ਥੋੜ੍ਹਾ ਟੇਢਾ ਹੋ ਗਿਆ। ਆਪਾਂ ਦੇਖ ਹੀ ਸਕਦੇ ਹਾਂ ਕਿ 21 ਦਿਨਾਂ ਲਈ ਲੋਕਡਾਊਨ ਹੋਇਆ ਵਾ, ਤਾਂ ਇਹਦਾ ਮਤਲਬ ਮਸਲਾ ਗੰਭੀਰ ਹੈ, ਆਪਾਂ ਨੂੰ ਸੀਰੀਅਸ ਲੈਣਾ ਪੈਣਾ ਹੁਣ।
ਸੋ ਡੈਫੀਨੇਟਲੀ ਜੇ ਕਿਸੇ ਬੰਦੇ ਕੋਲ ਵੀ ਕੋਈ ਵਧੀਆ ਸੁਝਾਅ ਵਾ ਉਹ ਵੀ ਆਪਣਾ ਲਾਈਵ ਵੀਡੀਓ ਪਾ ਕੇ ਉਹ ਵੀ ਗੌਰਮੈਂਟ ਨੂੰ ਟੈਗ ਕਰਕੇ ਜਾਂ ਸਰਕਾਰ ਨੂੰ ਅਤੇ ਸਾਰੇ ਨਿਊਜ਼ ਪੇਪਰਾਂ ਨੂੰ ਟੀ ਵੀ ਵਾਲਿਆਂ ਨੂੰ ਉਹਨਾਂ ਨੂੰ ਭੇਜੇ ਉਹ ਇਸ ਤਰ੍ਹਾਂ ਦੇ ਵਿਚਾਰ ਵਧੀਆ ਆਉਣ ਜਿਹਦਾ ਵੀ ਚੀਜ਼ ਵਧੀਆ ਲੱਗਦੀ ਆ ਉਸ ਚੀਜ਼ ਦੇ ਉੱਤੇ ਕੁਛ ਨਾ ਕੁਛ ਇਨੀਸ਼ੀਏਟਿਵ ਲਿਆ ਜਾਵੇ ਘਰੇ ਬੈਠੇ ਹਾਂ ਆਪਾਂ ਘਰੇ ਬੈਠ ਕੇ ਆਪਾਂ ਕੁਛ ਨਾ ਕੁਛ ਤਾਂ ਕਰ ਸਕੀਏ ਕੁਛ ਨਾ ਕੁਛ 10-20 ਟੱਬਰਾਂ ਦੀ ਜਿਹਨਾਂ ਦੀ ਮਦਦ ਹੋ ਸਕਦੀ ਆ ਜਿੰਨੀ ਕੁ ਹੋ ਸਕਦੀ ਆ ਉਨੀ ਕਰੀਏ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਤੁਹਾਡੇ ਘਰੇ ਤੁਹਾਨੂੰ ਦਾਲ ਰੋਟੀ ਮਿਲ ਰਹੀ ਹੁੰਦੀ ਆ ਮੇਰੇ ਘਰੇ ਮੈਨੂੰ ਮਿਲ ਰਹੀ ਆ ਮੈਨੂੰ ਪਤਾ ਨਹੀਂ ਨਾ ਵੀ ਬਾਹਰ ਕਿੰਨਿਆਂ ਘਰੋਂ ਨਹੀਂ ਮਿਲ ਰਹੀ ਹੈਗੀ ਜਾਂ ਬਾਹਰ ਕਈਆਂ ਦੇ ਹਾਲਾਤ ਕੀ ਨੇ ਸੋ ਅੱਜ ਮੇਰੀ ਕਿਸੇ ਬੰਦੇ ਨਾਲ ਗੱਲ ਹੋ ਰਹੀ ਸੀ ਉਹ ਕਹਿੰਦਾ ਬਾਈ ਕਈ ਪਿੰਡਾਂ ਦੇ ਵਿੱਚ ਕਈ ਲੋਕ ਇੱਦਾਂ ਦੇ ਲੋਕ ਨੇ ਵੀ ਜਿਹਨਾਂ ਨੂੰ ਰੋਟੀ ਪਾਣੀ ਦੀ ਗੱਲ ਛੱਡੋ ਵੀ ਉਹਨਾਂ ਨੂੰ ਜਾ ਕੇ ਪੁੱਛੀਦਾ ਵੀ ਕਰੋਨਾ ਆ ਗਿਆ ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਗਾ ਨਾ ਟੈਲੀਫੋਨ ਨੇ ਨਾ ਕੋਈ ਚੀਜ਼ ਨਹੀਂ ਗੀ ਸਾਨੂੰ ਕੀ ਪਤਾ ਕੀ ਆ ਕਹਿੰਦੇ ਸਾਡੀ ਤਾਂ ਦਿਹਾੜੀ ਮਰ ਗਈ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕੰਮ ਕਿਉਂ ਨਹੀਂ ਮਿਲ ਰਿਹਾ ਸੈਨੀਟਾਈਜ਼ਰ ਸੈਨੀਟਾਈਜ਼ਰ ਤਾਂ ਬਹੁਤ ਦੂਰ ਦੀ ਗੱਲ ਆ ਉੱਥੇ ਸੋ ਉਹ ਬੰਦਿਆਂ ਦੀ ਸਮੱਸਿਆ ਨੂੰ ਵੀ ਹੱਲ ਕਰਨਾ ਪੈਣਾ ਆਪਾਂ ਨੂੰ ਸੋ ਰਿਕੁਐਸਟ ਹੈ ਜੀ ਮੇਰੀ ਸਾਰੇ ਜਾਣੇ ਇਹ ਹਮਲਾ ਮਾਰੋ ਔਰ ਸਰਕਾਰ ਨੂੰ ਬੇਨਤੀ ਹੈ ਕਿ ਇਹਦਾ ਕੋਈ ਵਧੀਆ ਵੇ ਆਊਟ ਜੋ ਵੀ ਨਿਕਲਦਾ ਵਾ ਪਲੀਜ਼ ਉਹਦਾ ਜਲਦੀ ਤੋਂ ਜਲਦੀ ਕੱਢਣ ਅਤੇ ਆਪਾਂ ਫਟਾਫਟ ਇਸ ਦੇ ਉੱਤੇ ਸ਼ੁਰੂ ਕਰੀਏ ਕੰਮ ਕਿਉਂਕਿ ਦਿਨ ਤਾਂ ਸਟਾਰਟ ਹੋ ਚੁੱਕੇ ਨੇ ਜੀ ਸਾਰਾ ਕੁਛ ਲੋਕਡਾਊਨ ਆ ਕੱਲ੍ਹ ਤੋਂ ਕੱਖ ਨਹੀਂ ਮਿਲਣਾ ਹੈਗਾ ਘਰਾਂ 'ਚ ਬੈਠਣਾ ਆਪਾਂ ਔਰ ਪੰਜਾਬ ਪੁਲਿਸ ਦਾ ਮੈਂ ਇੱਕ ਵਾਰੀ ਫਿਰ ਥੈਂਕ ਯੂ ਕਰਦਾ ਜੀ ਕਿਉਂਕਿ ਜਿਹਨਾਂ ਦੀ ਵਜ੍ਹਾ ਕਰਕੇ ਮੈਨੂੰ ਲੱਗਦਾ ਕਿ ਹੁਣ ਲੋਕ ਟਿਕ ਕੇ ਆਪਣੇ ਘਰਾਂ 'ਚ ਬੈਠਣਗੇ ਅਦਰਵਾਈਜ਼ ਆਪਾਂ ਕਈ ਵਾਰੀ ਕਈ ਚੀਜ਼ਾਂ ਨੂੰ ਸੀਰੀਅਸਲੀ ਲੈਂਦੇ ਨਹੀਂ ਸੀਗੇ ਸੋ ਹੁਣ ਜੋ ਤੁਹਾਡੇ ਵੀਡੀਓ ਆਏ ਨੇ ਜਿਹਨਾਂ ਨੂੰ ਤੁਸੀਂ ਰੋਕ ਰੋਕ ਕੇ ਕਈਆਂ ਨੂੰ ਉਹਨਾਂ ਦੀਆਂ ਬੈਠਕਾਂ ਕਢਾਈਆਂ ਨੇ ਸੋ ਉਹਨਾਂ ਦੀਆਂ ਤਸੱਲੀਆਂ ਕਰਾਈਆਂ ਨੇ ਡੈਫੀਨੇਟਲੀ ਔਰ ਮੈਨੂੰ ਸਮਝ ਨਹੀਂ ਲੱਗੀ ਆਪਾਂ ਸਿਆਣੇ ਬਿਆਣੇ ਲੋਕ ਆਪਾਂ ਗੱਡੀਆਂ ਕਾਰਾਂ ਲੈ ਕੇ ਕੀ ਕੰਮ ਕਰਨ ਚੱਲੇ ਹਾਂ ਕਿਹੜੀ ਇਹੋ ਜਿਹੀ ਚੀਜ਼ ਆ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਸੀ ਵੀ 19 ਤਰੀਕ ਤੋਂ ਬੰਦ ਆ ਆਪਾਂ ਕਿਉਂ ਬਾਹਰ ਘੁੰਮ ਰਹੇ ਹਾਂ ਹੈ ਨਾ ਸੋ ਥੈਂਕ ਯੂ ਜੀ ਸਾਰਿਆਂ ਦਾ ਪਲੀਜ਼ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਸਾਰੇ ਰਲ ਕੇ ਡਟੀਏ ਸੋ ਜਿੰਨਾ ਕੁ ਹੋ ਸਕਦਾ ਉਹਨਾਂ ਕਰਨ ਦੀ ਕੋਸ਼ਿਸ਼ ਕਰੀਏ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ।